ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਧਰਨਾ ਪ੍ਰਦਰਸ਼ਨ ਤੇ ਬੈਠੇ ਲੋਕਾਂ ਦੇ ਵਿਚਕਾਰ ਅਚਾਨਕ ਭਗਦੜ ਮੱਚ ਜਾਂਦੀ ਹੈ। ਸ਼ਾਂਤੀਮਈ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਸੀਗੇ ਪਰ ਅਚਾਨਕ ਹੀ ਉਹਨਾਂ ਦੇ ਵਿੱਚ ਅਫਰਾ ਤਫਰੀ ਮੱਚ ਜਾਂਦੀ ਹੈ। ਲੋਕੀ ਉੱਠ ਕੇ ਇੱਧਰ ਤੋਂ ਉੱਧਰ ਭੱਜਣਾ ਸ਼ੁਰੂ ਕਰ ਦਿੰਦੇ ਨੇ। ਪਰ ਅਜਿਹਾ ਕੀ ਹੋਇਆ ਕਿ ਇਹਨਾਂ ਦੇ ਵਿਚਕਾਰ ਸ਼ਾਂਤੀਮਈ ਢੰਗ ਨਾਲ ਚੱਲ ਰਹੇ ਪ੍ਰਦਰਸ਼ਨ ਦੇ ਵਿੱਚ ਆਖਿਰ ਕੀ ਹੋ ਜਾਂਦਾ ਹੈ ਕਿ ਅਫਰਾ ਤਫਰੀ ਦਾ ਮਾਹੌਲ ਬਣ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿਚਕਾਰ ਜੋ ਲੋਕ ਇੱਧਰ ਉੱਧਰ ਭੱਜ ਰਹੇ ਨੇ। ਦਰਅਸਲ ਕਾਰਨ ਇਹ ਸੀ ਕਿ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਬਸਪਾ ਦੇ ਵੱਲੋਂ ਸ਼ਾਂਤੀਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਪਰ ਅਚਾਨਕ ਸਵੇਰੇ ਤੇਜ਼ ਹਨੇਰੀ ਆਈ ਅਤੇ ਉਸ ਕਾਰਨ ਲਗਾਇਆ ਗਿਆ ਮਜ਼ਬੂਤ ਟੈਂਟ ਉਖੜ ਗਿਆ ਤੇ ਉਹ ਹਨੇਰੀ ਦੇ ਵਿੱਚ ਹੀ ਉੱਡ ਗਿਆ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਗਦੜ ਮੱਚ ਗਈ ਹੈ। ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਾਂਤੀਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਪਰ ਹਨੇਰੀ ਆਉਣ ਕਰਕੇ ਟੈਂਟ ਜਦੋਂ ਉਖੜ ਗਿਆ ਤਾਂ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਦੱਸ ਦੇ ਕਿ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਰਮਾ ਮੰਡੀ ਚੌਂਕ, ਬੂਟਾ ਪਿੰਡ ਚੌਂਕ, ਪਠਾਨਕੋਟ ਚੌਂਕ ਅਤੇ ਹੋਰ ਕਈ ਥਾਵਾਂ ਤੇ ਭਾਰਤ ਬੰਦ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਧਰਨਾ ਪ੍ਰਦਰਸ਼ਨ ਤੇ ਬੈਠੇ ਲੋਕਾਂ ਦੇ ਵਿਚਕਾਰ ਅਚਾਨਕ ਭਗਦੜ ਮੱਚ ਜਾਂਦੀ ਹੈ। ਸ਼ਾਂਤੀਮਈ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਸੀਗੇ ਪਰ ਅਚਾਨਕ ਹੀ ਉਹਨਾਂ ਦੇ ਵਿੱਚ ਅਫਰਾ ਤਫਰੀ ਮੱਚ ਜਾਂਦੀ ਹੈ। ਲੋਕੀ ਉੱਠ ਕੇ ਇੱਧਰ ਤੋਂ ਉੱਧਰ ਭੱਜਣਾ ਸ਼ੁਰੂ ਕਰ ਦਿੰਦੇ ਨੇ। ਪਰ ਅਜਿਹਾ ਕੀ ਹੋਇਆ ਕਿ ਇਹਨਾਂ ਦੇ ਵਿਚਕਾਰ ਸ਼ਾਂਤੀਮਈ ਢੰਗ ਨਾਲ ਚੱਲ ਰਹੇ ਪ੍ਰਦਰਸ਼ਨ ਦੇ ਵਿੱਚ ਆਖਿਰ ਕੀ ਹੋ ਜਾਂਦਾ ਹੈ ਕਿ ਅਫਰਾ ਤਫਰੀ ਦਾ ਮਾਹੌਲ ਬਣ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿਚਕਾਰ ਜੋ ਲੋਕ ਇੱਧਰ ਉੱਧਰ ਭੱਜ ਰਹੇ ਨੇ। ਦਰਅਸਲ ਕਾਰਨ ਇਹ ਸੀ ਕਿ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਬਸਪਾ ਦੇ ਵੱਲੋਂ ਸ਼ਾਂਤੀਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਪਰ ਅਚਾਨਕ ਸਵੇਰੇ ਤੇਜ਼ ਹਨੇਰੀ ਆਈ ਅਤੇ ਉਸ ਕਾਰਨ ਲਗਾਇਆ ਗਿਆ ਮਜ਼ਬੂਤ ਟੈਂਟ ਉਖੜ ਗਿਆ ਤੇ ਉਹ ਹਨੇਰੀ ਦੇ ਵਿੱਚ ਹੀ ਉੱਡ ਗਿਆ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਗਦੜ ਮੱਚ ਗਈ ਹੈ। ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਾਂਤੀਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਪਰ ਹਨੇਰੀ ਆਉਣ ਕਰਕੇ ਟੈਂਟ ਜਦੋਂ ਉਖੜ ਗਿਆ ਤਾਂ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਦੱਸ ਦੇ ਕਿ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਰਮਾ ਮੰਡੀ ਚੌਂਕ, ਬੂਟਾ ਪਿੰਡ ਚੌਂਕ, ਪਠਾਨਕੋਟ ਚੌਂਕ ਅਤੇ ਹੋਰ ਕਈ ਥਾਵਾਂ ਤੇ ਭਾਰਤ ਬੰਦ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।